ਸੋ ਤੁਸੀਂ ਜੁੜਿਓ ਜਸਵਿੰਦਰ ਸਿੰਘ ਬਿੱਟਾ ਦੇ ਇਸ ਪੇਜ ਦੇ ਨਾਲ ਤੇ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਆ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਪ੍ਰੈਗਨੈਂਸੀ ਦੇ ਉੱਤੇ ਕੇਂਦਰ ਸਰਕਾਰ ਨੇ ਇੱਕ ਰਿਪੋਰਟ ਮੰਗੀ ਹੈ ਆਈਵੀਐਫ ਦੇ ਵਿੱਚ 50 ਸਾਲ ਦੀ ਏਜ ਲਿਮਟ ਲਿਖੀ ਗਈ ਹੈ ਔਰ ਚਰਨਕੌਰ ਸਿੱਧੂ ਮੂਸੇਵਾਲੇ ਦੀ ਮਾਤਾ ਉਹਦੀ ਉਮਰ 58 ਸਾਲ ਹੈ ਇਸੇ ਸੰਦਰਭ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਆਈਵੀਐਫ ਤਕਨੀਕ ਦੇ ਜ਼ਰੀਏ 2 ਦਿਨ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਔਰ ਕੇਂਦਰ ਸਰਕਾਰ ਨੇ ਇੱਕ ਚਿੱਠੀ ਜਾਰੀ ਕਰਕੇ ਸ਼ੁਭਦੀਪ ਸਿੰਘ ਸਿੱਧੂ ਦੀ ਮਾਤਾ ਚਰਨ ਕੌਰ ਨੂੰ ਇੱਕ ਰਿਪੋਰਟ ਉਹਨਾਂ ਤੋਂ ਮੰਗੀ ਹੈ ਚਿੱਠੀ ਦੇ ਵਿੱਚ ਇਹ ਹੈ ਕਿ ਰੀਪ੍ਰੋਡਕਟਿਵ ਟੈਕਨੋਲੋਜੀ ਐਕਟ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਆਈਵੀਐਫ ਤਕਨੀਕ ਗਰਭ ਧਾਰਨ ਕਰਕੇ ਬੱਚਾ ਪੈਦਾ ਕਰਨ ਦੇ ਲਈ ਕਿਸੇ ਵੀ ਮਹਿਲਾ ਦੀ ਉਮਰ 21 ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਪਰੰਤੂ ਸ਼ੁਭਦੀਪ ਸਿੰਘ ਸਿੱਧੂ ਦੀ ਮਾਤਾ ਚਰਨ ਕੌਰ ਉਹਨਾਂ ਦੀ 58 ਸਾਲ ਦੀ ਉਮਰ ਦੇ ਵਿੱਚ ਇਸ ਤਕਨੀਕ ਦੇ ਨਾਲ ਉਹਨਾਂ ਦਾ ਪ੍ਰੈਗਨੈਂਟ ਹੋ ਕੇ ਬੱਚੇ ਨੂੰ ਜਨਮ ਦੇਣਾ ਕੇਂਦਰ ਦੇ ਇਹਨਾਂ ਨਿਯਮਾਂ ਦੀ ਉਲੰਘਣਾ ਦੇ ਉੱਤੇ ਉਹਨਾਂ ਦੇ ਇੱਕ ਚਿੱਠੀ ਜਿਹੜੀ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹੈ। ਔਰ ਦੂਜੇ ਪਾਸੇ ਸਿੱਧੂ ਮਸੇਵਾਲੇ ਦੇ ਪਿਤਾ ਜਿਹੜੇ ਬਲਕੌਰ ਸਿੰਘ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਗੰਭੀਰ ਦੋਸ਼ ਲਾਏ ਨੇ। ਸਿੱਧੂ ਮਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਾਉਂਦਿਆਂ ਇੱਕ ਸੋਸ਼ਲ ਮੀਡੀਆ ਤੇ ਉੱਤੇ ਵੀਡੀਓ ਵੀ ਪਾਈ ਹੈ। ਸਰਦਾਰ ਬਲਕੌਰ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਬੱਚੇ ਦੇ ਜਿਹੜੇ ਨੇ ਕਾਨੂੰਨੀ ਦਸਤਾਵੇਜ਼ ਵਿੱਚ ਪੇਸ਼ ਕਰਨ ਨੂੰ ਲੈ ਕੇ ਵਾਰ-ਵਾਰ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਜੇਲ੍ਹ ਭਜਵਾ ਕੇ ਜਾਂਚ ਕਰ ਸਕਦੇ ਨੇ ਤੇ ਬਾਅਦ ਦੇ ਵਿੱਚ ਮੇਰੇ ਤੋਂ ਇਹ ਡਾਕੂਮੈਂਟ ਤੁਸੀਂ ਮੰਗ ਲਓ ਬੜੇ ਗੁੱਸੇ ਦੇ ਲਹਿਜੇ ਵਿੱਚ ਬਲਕੌਰ ਸਿੰਘ ਨੇ ਇਹ ਵੀਡੀਓ ਪਾਈ ਹੈ ਤੁਸੀਂ ਉਹ ਸਾਰੀ ਦੇਖੀ ਵੀ ਹੈ ਸੋ ਬਲਕੌਰ ਸਿੰਘ ਇਹ ਕਹਿੰਦੇ ਆ ਕਿ ਮੈਂ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਤੇ ਰਹਿਮ ਕਰੋ ਉਹਨਾਂ ਦਾ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਔਰ ਦੂਜੇ ਪਾਸੇ ਬੱਚੇ ਨੇ ਜਲਮ ਦਿੱਤਾ ਤੇ ਉਹਨਾਂ ਦੇ ਟ੍ਰੀਟਮੈਂਟ ਦੇ ਉੱਤੇ ਅਸੀਂ ਬਰੁਝੇ ਹੋਏ ਆਂ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਆਂ ਭੱਜਣ ਵਾਲੇ ਨਹੀਂ ਜਦੋਂ ਕਹੋਗੇ ਉਦੋਂ ਆ ਜਾਾਂਗੇ ਔਰ ਨਾਲ ਉਹਨਾਂ ਨੇ ਆਖਿਆ ਕਿ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਆਂ ਨਾਲ ਹੀ ਉਹਨਾਂ ਨੇ ਆਖਿਆ ਕਿ ਮੈਂ ਬਹੁਤ ਪਰੇਸ਼ਾਨ ਵੀ ਆਂ ਇੱਕ ਆਦਤ ਹੈ ਕਿ ਹਰ ਆਦਤ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਵੀ ਤੁਸੀਂ ਯੂ ਟਰਨ ਲੈ ਜਾਂਦੇ ਹੋ ਔਰ ਮੁੱਖ ਮੰਤਰੀ ਦੇ ਸਲਾਹਕਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਲਾਹ ਦਿੰਦੇ ਨੇ ਬਲਕੌਰ ਸਿੰਘ ਦਾ ਇਹ ਵੀ ਦੋਸ਼ ਹੈ ਉਹਨਾਂ ਨੇ ਆਖਿਆ ਕਿ ਜਿਸ ਦੇ ਉੱਤੇ ਮੁੱਖ ਮੰਤਰੀ ਆਪਣੇ ਸਟੈਂਡ ਦੇ ਉੱਤੇ ਖੜੇ ਨਹੀਂ ਹੁੰਦੇ ਫਿਰ ਯੂ ਟਰਨ ਲੈ ਜਾਂਦੇ ਆ ਬਲਕੌਰ ਸਿੰਘ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਇਸ ਵਾਰ ਮੇਰੇ ਤੇ ਹੱਥ ਪਾਉਣਾ ਹੈ ਚੰਗੀ ਤਰ੍ਹਾਂ ਪਾਇਓ ਔਰ ਕਿਉਂਕਿ ਯੂ ਟਰਨ ਵਾਲਿਆਂ ਵਿੱਚੋਂ ਮੇਰਾ ਨਾਮ ਸ਼ਾਮਲ ਨਹੀਂ ਬਲਕੌਰ ਸਿੰਘ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਆਖਿਆ ਕਿ ਉਹ ਜਾਨ ਦੇ ਸਕਦੇ ਆ ਪਰੰਤੂ ਯੂ ਟਰਨ ਲੈਣ ਤੋਂ ਪਿੱਛੇ ਨਹੀਂ ਹਟਣਗੇ ਯੂ ਟਰਨ ਨਹੀਂ ਲੈਣਗੇ ਉਹ ਔਰ ਮੂਸੇ ਵਾਲਾ ਨਹੀਂ ਵੀ ਉਹਨਾਂ ਨੇ ਆਖਿਆ ਕਿ 28 ਸਾਲ ਜ਼ਿੰਦਗੀ ਜਿਹੜੀ ਆ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਗੁਜ਼ਾਰੀ ਉਹਨਾਂ ਦੇ ਪੁੱਤਰ ਦਾ ਨਾਮ ਲਿਖਿਆ ਉਹਨਾਂ ਨੇ ਸ਼ੋਭਦੀਪ ਸਿੰਘ ਦੀ ਗੱਲ ਕੀਤੀ ਹੈ ਤੇ ਨਾਲ ਹੀ ਬਲਕੌਰ ਸਿੰਘ ਨੇ ਆਖਿਆ ਕਿ ਮੈਂ ਸਾਬਕਾ ਫੌਜੀ ਆ ਮੈਂ ਕਾਨੂੰਨ ਦੀ ਰਾਖੀ ਕਰਦਾ ਕਾਨੂੰਨ ਦੀ ਇੱਜ਼ਤ ਕਰਦਾ ਔਰ ਉਹਨਾਂ ਨੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ ਜੇਕਰ ਕੋਈ ਵੀ ਇਹ ਕਾਨੂੰਨ ਤੋਂ ਬਾਹਰ ਗਏ ਨੇ ਤੇ ਉਹਨਾਂ ਨੇ ਆਖਿਆ ਕਿ ਸਰਕਾਰ ਨੂੰ ਸਲਾਖਾਂ ਪਿੱਛੇ પા ਸਕਦੀ ਹੈ ਤੇ ਜੇ ਸਰਕਾਰ ਨੂੰ ਉਹਨਾਂ ਦੇ ਉੱਤੇ ਫਿਰ ਵੀ ਯਕੀਨ ਨਹੀਂ ਤਾ ਪਹਿਲਾ ਸਰਕਾਰ ਮੇਰੇ ਉੱਤੇ ਯਾਨੀ ਬਲਕੌਰ ਸਿੰਘ ਨੇ ਆਖਿਆ ਕਿ ਮੇਰੇ ਉੱਤੇ ਮੁਕਦਮਾ ਦਰਜ ਕਰੇ ਔਰ ਉਹਨਾਂ ਨੂੰ ਜੇਲ੍ਹ ਵਿੱਚ ਪਾਵੇ ਫਿਰ ਮਾਮਲੇ ਦੀ ਜਾਂਚ ਕਰੇ ਤੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਬੜੇ ਭਰੋਸੇ ਨਾਲ ਵਿਸ਼ਵਾਸ ਨਾਲ ਕਹਿ ਰਹੇ ਹਾਂ ਕਿ ਟ੍ਰੀਟਮੈਂਟ ਪੂਰਾ ਹੋਣ ਦਿਓ ਇਹ ਸਾਰੇ ਲੀਗਲ ਡਾਕੂਮੈਂਟ ਜਿਹੜੇ ਉਹ ਅਸੀਂ ਤੁਹਾਨੂੰ ਪੇਸ਼ ਕਰ ਦੇਵਾਂਗੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਜਿਹੜੇ ਵਿਧਾਇਕ ਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਆਖਿਆ ਕਿ ਬੇਸ਼ਰਮੀ ਦੀ ਹੱਦ ਹੈ ਜਿਸ ਬੱਚੇ ਦੇ ਜਨਮ ਦੀ ਖੁਸ਼ੀ ਤੇ ਪੂਰਾ ਪੰਜਾਬ ਤੇ ਦੁਨੀਆ ਭਰ ਦੇ ਲੋਕ ਜਿਹੜੇ ਸ਼ੁਭਦੀਪ ਸਿੰਘ ਸਿੱਧੂ ਦੇ ਪਰਿਵਾਰ ਨਾਲ ਹਮਦਰਦੀ ਰੱਖਦੇ ਸਨ ਜਾਂ ਰੱਖਦੇ ਹਨ ਉਹ ਤਾਂ ਖੁਸ਼ੀ ਮਨਾ ਰਹੇ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਔਰ ਇਹ ਸਰਕਾਰ ਇਹ ਖੁਸ਼ੀ ਨੂੰ ਝੱਲ ਨਹੀਂ پا ਰਹੀ ਸਰਕਾਰ ਨੂੰ ਇਹ ਖੁਸ਼ੀ ਚੰਗੀ ਨਹੀਂ ਲੱਗ ਰਹੀ ਇੱਕ ਨਵਜੰਮੇ ਬੱਚੇ ਨੂੰ ਉਹਨਾਂ ਨੇ ਆਖਿਆ ਵੀ ਇਸ ਤਰ੍ਹਾਂ ਡਰਾਉਣਾ ਧਮਕਾਉਣਾ ਇਹ ਤੁਸੀਂ ਇਹ ਕਿਉਂ ਇਹ ਕਰ ਰਹੇ ਹੋ ਸਾਰਾ ਕੁਝ ਇਹਦੇ ਵਿੱਚ ਕਿਹੜਾ ਤੁਹਾਨੂੰ ਡਰ ਸਤਾ ਰਿਹਾ ਹੈ ਜੋ ਬਲਕਾਰ ਸਿੰਘ ਤੇ ਉਹਨਾਂ ਦੇ ਬਲਕਾਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਸਤਾ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਬੱਚੇ ਤਾਂ ਕਿਉਂ ਡਰ ਰਹੇ ਹੋ ਇੰਨਾ ਤੇ ਦੂਜੇ ਪਾਸੇ ਸਾਬਕਾ ਮੰਤਰੀ ਅਕਾਲੀ ਦਲ ਦੇ ਜਲਦੀ ਜਲਜੀਤ ਸਿੰਘ ਚੀਮਾ ਨੇ ਵੀ ਆਖਿਆ ਕਿ ਬੇहद ਮਾੜੀ ਗੱਲ ਹੈ ਇਹ ਹਿਰਦੇ ਨੂੰ ਸੱਟ ਮਾਰਨ ਵਾਲੀ ਗੱਲ ਹੈ ਅਪਰਾਧਿਕ ਇਹ ਜਿਹੜੀ ਇਸ ਤਰ੍ਹਾਂ ਦਾ ਅਪਰਾਧ ਕਰ ਰਿਹਾ ਮੁੱਖ ਮੰਤਰੀ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਘਨੌਰਾ ਚੇ ਘਨੌਣਾ ਚਿਹਰਾ ਉਹਨਾਂ ਨੇ ਆਖਿਆ ਕਿ ਉਹ ਜਾਗਰ ਹੋ ਗਿਆ ਉਹਨਾਂ ਨੇ ਆਖਿਆ ਕਿ ਸਰਕਾਰ ਨੂੰ ਮਾਂ ਤੇ ਜਿਹੜੇ ਨਵਜੰਮੇ ਬੱਚੇ ਲਈ ਉਚਿਤ ਇਲਾਜ ਯਕੀਨੀ ਕਰਨਾ ਚਾਹੀਦਾ ਸੀ ਇਸ ਦੀ ਬਜਾਏ ਤੁਸੀਂ ਝੂਠੇ ਦੋਸ਼ਾਂ ਦੇ ਨਾਲ ਸਿੱਧੂ ਮੂਸੇਵਾਲੇ ਦੇ ਦੁਖੀ ਪਿਤਾ ਨੂੰ ਬਦਨਾਮ ਕਰ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਹਾ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਵਰਤ ਰਹੇ ਹੋ ਔਰ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਸੂਬੇ ਦੇ ਨਾਗਰਿਕਾਂ ਦੀ ਭਲਾਈ ਦੀ ਪਹਿਲ ਦੇਣ ਦੀ ਬਜਾਏ ਸਰਕਾਰ ਦੀ ਸਮਰੱਥਾ ਦੇ ਵਿੱਚ ਵਿਸ਼ਵਾਸ ਰੱਖਣ ਦੀ ਜਿਹੜੀ ਪ੍ਰਵਿਰਤੀ ਉਹਨੂੰ ਕਮਜ਼ੋਰ ਕਰਦੀ ਹੈ ਤੇ ਹੁਣ ਉਹਨਾਂ ਨੇ ਆਖਿਆ ਕਿ ਸਮਾਂ ਆ ਗਿਆ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾ ਦੇਣਗੇ। ਇਸੇ ਤਰ੍ਹਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਉਹ ਕਹਿੰਦੇ ਆ ਕਿ ਭਗਵੰਤ ਮਾਨ ਜੀ ਤੁਸੀਂ ਸ਼ਾਇਦ ਇਕੱਲੇ ਪੰਜਾਬੀ ਹੋ ਜਿਨ੍ਹਾਂ ਨੇ ਹੁਣ ਤੱਕ ਬਲਕੌਰ ਸਿੰਘ ਨੂੰ ਉਹਨਾਂ ਦੇ ਨਵੇਂ ਜੰਮੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਵਧਾਈ ਨਹੀਂ ਦਿੱਤੀ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਉਹ ਕਹਿੰਦੇ ਆ ਕਿ ਹੁਣ ਸਰਕਾਰ ਦਾ ਪ੍ਰਸ਼ਾਸਨ ਉਹਨਾਂ ਨੂੰ ਆਪਣੀਆਂ ਕਾਨੂੰਨੀ ਅੜਚਨਾ ਦੇ ਵਿੱਚ ਪਰੇਸ਼ਾਨ ਕਰ ਰਿਹਾ ਹੈ। ਔਰ ਨਵਜੰਮੇ ਬੱਚੇ ਤੋਂ ਮੁੱਖ ਮੰਤਰੀ ਸਾਹਿਬ ਕਿਉਂ ਡਰ ਰਹੇ ਹੋ? ਉਹਨਾਂ ਨੇ ਅਖਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਸਿੱਧੂ ਪਰਿਵਾਰ ਨੂੰ ਪਰੇਸ਼ਾਨ ਕਰਨਾ ਬੰਦ ਕਰੋ ਤੇ ਉਹਨਾਂ ਨੂੰ ਖੁਸ਼ੀਆਂ ਜਿਹੜੀਆਂ ਇੱਕ ਵਾਰੀਆਂ ਜਿਹੜੀਆਂ ਲੋਕ ਉਹਨਾਂ ਨਾਲ ਸਾਂਝੀਆਂ ਕਰ ਰਹੇ ਆ ਕਿ ਉਹਨਾਂ ਦੇ ਵਿੱਚ ਸ਼ਾਮਲ ਹੋਣ ਦਿਓ। ਇਸੇ ਤਰ੍ਹਾਂ ਭਾਜਪਾ ਦੇ ਜਿਹੜੇ ਬੁਲਾਰਿਆਂ ਨੇ ਆਰ ਪੀ ਸਿੰਘ ਤੇ ਹਰਜੀਤ ਸਿੰਘ ਗਰੇਵਾਲ ਉਹਨਾਂ ਨੇ ਵੀ ਕਿਹਾ ਕਿ ਸਿੱਧੂ ਮਸੇਵਾਲੇ ਦੇ ਪਿਤਾ ਦਾ ਬਿਆਨ ਜਿਹੜਾ ਬਿਆਨ ਆਇਆ ਵੀਡੀਓ ਬੜਾ ਹੈਰਾਨ ਕਰਨ ਵਾਲਾ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪ੍ਰਸ਼ਾਸਨ ਜਿਹੜਾ ਬੱਚੇ ਦੀ ਕਾਨੂੰਨੀ ਜਿਹੜੀ ਵੈਦਤਾ ਹੈ ਉਹਨੂੰ ਸਾਬਤ ਕਰਨ ਦੇ ਲਈ ਨਵਜੰਮੇ ਬੱਚੇ ਦੇ ਕਾਗਜ਼ਾਤ ਦਿਖਾਉਣ ਲਈ ਮਜਬੂਰ ਕਰ ਰਿਹਾ ਹੈ ਉਹਨਾਂ ਨੇ ਆਖਿਆ ਵੀ ਤੁਸੀਂ ਇੰਨੇ ਜ਼ਿਆਦਾ ਥੱਲੇ ਡਿੱਗ ਸਕਦੇ ਹੋ ਵਿਕਰਮ ਸਿੰਘ ਮਜੀਠਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਾਫੀ ਤੰਜ ਭਰੀਆਂ ਟਿੱਪਣੀਆਂ ਟਿੱਪਣੀਆਂ ਕੀਤੀਆਂ ਨੇ। ਉਨ੍ਹਾਂ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਇਹ ਗੱਲ ਜਿਹੜੀ ਹੈ ਪ੍ਰਸ਼ਾਸਨ ਕਰ ਰਿਹਾ ਹੈ ਠੀਕ ਨਹੀਂ। ਇਹ ਸਭ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ 58 ਸਾਲ ਦੀ ਉਮਰ ਦੇ ਵਿੱਚ ਮਾਂ ਬਣੀ ਹੈ। ਆਈਵੀਐਫ ਤਕਨੀਕ ਜਿਹੜੀ ਹੈ ਵਿਟਰੋ ਆਪਣਾ ਫਰਟੀਲਾਈਜੇਸ਼ਨ ਜਿਹੜੀ ਇਹ ਵਿਧੀ ਹੈ। ਉਹਦੇ ਨਾਲ ਇਹ ਤਕਨੀਕ ਦਾ ਸਹਾਰਾ ਲਿਆ ਤੇ ਮੂਸੇਵਾਲਾ ਸਿੱਧੂ ਮੂਸੇਵਾਲੇ ਦਾ ਕਤਲ 2022 ਦੇ ਵਿੱਚ ਕਰ ਦਿੱਤਾ ਗਿਆ ਸੀ ਉਹਦੇ ਕਾਤਲ ਵੀ ਫੜੇ ਜਾ ਚੁੱਕੇ ਆ ਪਰ ਬਲਕੌਰ ਸਿੰਘ ਦੀ ਹੱਲੇ ਵੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਾਨੂੰਨ ਦੇ ਮਤਾਬਕ ਉਹਨਾਂ ਨੂੰ ਬਣਦੀ ਸਜ਼ਾ ਤੇ ਦੋਸ਼ੀਆਂ ਜਿਨ੍ਹਾਂ ਨੇ ਸਿਕਿਉਰਿਟੀ ਲੀਕ ਕੀਤੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਸਿੱਧੂ ਮੂਸੇਵਾਲੇ ਨੇ 2022 ਦੇ ਵਿੱਚ ਤੇ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਮਾਤਾ ਚਰਨ ਕੌਰ ਦਾ ਜਿਹੜਾ ਨਾਮੀਨੇਸ਼ਨ ਫਾਈਲ ਕੀਤਾ ਸੀ ਤੇ ਉਹਦੇ ਜਮਾਤਾ ਚਰਨ कौर ਨੇ ਆਪਣੀ ਉਮਰ ਜਿਹੜੀ ਉਹ 56 ਸਾਲ ਦੱਸੀ ਸੀ ਤੇ ਉਹਦੇ ਅਨਸਾਰ ਹੁਣ ਜਿਹੜੀ ਦੱਸਿਆ ਜਾ ਰਿਹਾ ਕਿ ਉਮਰ 58 ਸਾਲ ਹੋਗੀ ਤੇ ਬਲਕੌਰ ਸਿੰਘ ਦੀ ਉਮਰ ਹੋਗੀ 60 ਸਾਲ ਸੋ ਇਸ ਮਸਲੇ ਦੇ ਉੱਤੇ ਹੁਣ ਸਰਦਾਰ ਬਲਕੌਰ ਸਿੰਘ ਨੇ ਸਪਸ਼ਟ ਤੌਰ ਦੇ ਉੱਤੇ ਆਖਿਆ ਕਿ ਮੈਨੂੰ ਵਾਰ-ਵਾਰ ਤੁਸੀਂ ਤੰਗ ਨਾ ਕਰੋ ਮੇਰੇ ਕੋਲੇ ਸਾਰਾ ਕੁਝ ਹੈਗਾ ਕਾਨੂੰਨ ਦੀ ਮੈਂ ਰਾਖੀ ਕਰਨ ਵਾਲਾ ਕਾਨੂੰਨ ਦੀ ਜਦ ਕਰਨ ਵਾਲਾ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਨ ਵਾਲਾ ਮੈਂ ਵਿਅਕਤੀਆਂ ਤੇ ਮੇਰੇ ਪੁੱਤ ਨੇ ਵੀ ਇਹੀ ਕੰਮ ਕੀਤਾ ਸੋ ਇਹਦੇ ਉੱਤੇ ਜਿੱਥੇ ਕੇਂਦਰ ਸਰਕਾਰ ਦੀ ਚਿੱਠੀ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਉਹਨਾਂ ਤੋਂ ਦਸਤਾਵੇਜ਼ ਮੰਗ ਰਿਹਾ ਹੈ ਤੇ ਵੱਖ-ਵੱਖ ਪਾਰਟੀਆਂ ਇਸ ਗੱਲ ਦਾ ਡੂੰਘਾ ਇਤਰਾਜ਼ ਪ੍ਰਗਟ ਕਰ ਰਹੀਆਂ ਨੇ ਸੋ ਇਹ ਸੀ ਅੱਜ ਦੀ ਇਹ ਜਿਹੜੀ ਸਪੈਸ਼ਲ ਖਬਰ ਸੋ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ